ਆਪਾਂ ਤਾਂ ਇਹ ਕਹਿੰਦੇ ਹਾਂ, ਇਸਲਾਮ ਇਹ ਕਹਿੰਦਾ ਹੈ ਕਿ ਸਿੱਖ ਧਰਮ ਦੇ ਵਿੱਚ ਇਹ ਕਹਿੰਦਾ ਹੈ ਕਿ ਕਿਸੇ ਧੀ ਦੇ ਸਿਰ 'ਤੇ ਦੁਪੱਟਾ ਰੱਖਣਾ ਚਾਹੀਦਾ। ਆਹ ਕਿਹੜੀ ਸਰਕਾਰ ਆ ਜਿਹੜੀ ਸਰਾਂ 'ਤੇ ਦੁਪੱਟੇ ਲਾ ਰਹੀ ਆ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੁਆਇੰਟ ਨਿਊਜ਼, ਮੈਂ ਰਣਜੀਤ ਸਿੰਘ ਰਾਣਾ। ਕਰਨਾਟਕ ਸਰਕਾਰ ਵੱਲੋਂ ਮੁਸਲਿਮ ਭਾਈਚਾਰੇ ਦੇ ਬੱਚਿਆਂ ਦੇ ਉੱਪਰ ਬੁਰਕਾ ਨਾ ਪਾਏ ਜਾਣ ਦਾ ਦਿੱਤਾ ਸੰਦੇਸ਼, ਜਿਸ ਦੇ ਰੋਸ ਵਿੱਚ ਬਨੂੜ ਇਲਾਕੇ ਦੇ ਮੁਸਲਿਮ ਭਾਈਚਾਰੇ ਨੇ ਇਕੱਠ ਕੀਤਾ ਹੋਇਆ ਹੈ ਅਤੇ ਉਹਨਾਂ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਗੱਲਬਾਤ ਕਰਦੇ ਹਾਂ ਮੁਸਲਿਮ ਭਾਈਚਾਰੇ ਦੇ ਬੰਦੇ ਨਾਲ। ਇਹ ਕਿਸ ਵਜ੍ਹਾ ਕਰਕੇ ਲਾਇਆ ਗਿਆ? ਇਹ ਸਾਡੀਆਂ ਜਿਹੜੀਆਂ ਭੈਣਾਂ ਜੀ ਕਰਨਾਟਕ ਦੇ ਅੰਦਰ, ਜਿਨ੍ਹਾਂ ਦੇ ਬੁਰਖਾ ਬੈਨ ਕਰਿਆ ਗਿਆ, ਕਾਲਜੇ ਅੰਦਰ ਉਹਨਾਂ ਨੂੰ ਐਂਟਰੀ ਨਹੀਂ ਕਰੀ ਗਈ, ਉਹਨਾਂ ਦੇ ਹੱਕ 'ਚ ਅਸੀਂ ਖੜ੍ਹੇ ਹਾਂ। ਅੱਜ ਉੱਥੇ ਉਹਨਾਂ ਨਾਲ ਇਹ ਧੱਕਾ ਹੋਇਆ, ਕੱਲ੍ਹ ਨੂੰ ਸਾਡੇ ਕੋਲ ਸਾਡੇ ਨਾਲ ਵੀ ਇਹੀ ਧੱਕਾ ਕਰਨਗੇ ਜੀ। ਇਸ ਕਰਕੇ ਅਸੀਂ ਸਾਰਾ ਭਾਈਚਾਰਾ, ਪੂਰਾ ਪੰਜਾਬ ਉਹਨਾਂ ਦੇ ਨਾਲ ਖੜ੍ਹੇ ਹਾਂ ਜੀ। ਸਾਨੂੰ 70 ਸਾਲ ਹੋ ਗਏ ਇੰਡੀਆ ਨੂੰ ਆਜ਼ਾਦ ਹੋਏ ਹੋਏ, ਸਾਨੂੰ ਕਦੀ ਵੀ ਇਹ ਚੀਜ਼ ਦੇਖਣ ਨੂੰ ਨਹੀਂ ਮਿਲੀ ਸੀ ਜਿਹੜੀ ਹੁਣ ਮਿਲ ਰਹੀ ਹੈ ਜੀ। ਇਹ ਕਿਉਂ ਹੈ, ਕੀ ਕਾਰਨ ਹੈ ਜੀ? ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ, ਪਰ ਧੱਕਾ ਨਹੀਂ ਹੋਣਾ ਚਾਹੀਦਾ ਜੀ। ਦੇਖੋ, ਰਾਜ ਕਰਨਾ ਹੈ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਰੋ, ਯਾਦ ਕਰਨ ਲੋਕ। ਇਹ ਤਾਂ ਇੱਕ ਦਿਨ ਸਰੀਰ ਫਾਨੀ ਹੈ, ਸਭ ਨੇ ਮਰ ਜਾਣਾ, ਲੇਕਿਨ ਆਪਾਂ ਉਹ ਕੰਮ ਕਰਕੇ ਜਾਓ ਜਿਹੜਾ ਦੁਨੀਆ 'ਚ ਯਾਦ ਰੱਖੇ, ਠੀਕ ਹੈ ਨਾ? ਸਾਡੇ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਉਹਨੂੰ ਵਰਗਾ ਰਾਜ ਕਰੋ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰੋ ਜਿਹਨੇ ਕਰਨਾ ਹੈ। ਪਰ ਇਹ ਜਿਹੜੀ ਗਲਤ ਨੀਤੀਆਂ, ਇਹ ਕਦੀ ਨਹੀਂ ਹੋਣੀ ਚਾਹੀਦੀਆਂ। ਅੱਜ ਸਾਡੇ ਕੋਲ ਸਾਡੇ ਬੁਰਖਾ ਖੋਇਆ, ਕੱਲ੍ਹ ਨੂੰ ਚੁੰਨੀਆਂ ਖੋਣਗੇ, ਪਰਸੋਂ ਨੂੰ ਪੱਗਾਂ ਖੋਣਗੇ ਇਹ। ਇਸ ਕਰਕੇ ਜਿਹੜਾ ਸਾਡਾ ਭਾਈਚਾਰਾ, ਉਹ ਕਦੇ ਖਤਮ ਨਹੀਂ ਹੋਣ ਦੇਣਾ। ਅਸੀਂ ਹੱਕ ਨਾਲ ਖੜਾਂਗੇ ਅਤੇ ਇਨਸ਼ਾਅੱਲਾ ਲੜਾਂਗੇ ਵੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਆਪਾਂ ਜਿਹੜੇ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ, ਆਪਾਂ ਕੁੜੀਆਂ ਵਾਸਤੇ ਖੜ੍ਹੇ ਹਾਂ। ਕਰਨਾਟਕ ਵਿੱਚ ਇੱਕ ਕੁੜੀ ਕਾਲਜ ਦੇ ਵਿੱਚ ਪੜ੍ਹਨੇ ਗਈ ਔਰ ਉਸਨੂੰ 50-60 ਬੰਦਿਆਂ ਨੇ ਘੇਰ ਲਿਆ। ਉਹ ਕਾਲਜ ਦੇ ਕੁੜੀ ਦਾ ਕੀ ਕਸੂਰ ਦਾ? ਉਹ ਪੜ੍ਹਨੇ ਗਈ ਸੀ, ਕਾਲਜ ਦੇ ਵਿੱਚ ਗਈ ਸੀ, ਔਰ ਉਸ ਇਕੱਲੀ ਬੱਚੀ ਨੇ ਹਿੰਮਤ ਦਿਖਾਈ ਆ ਕਿ ਉਸਨੇ ਆਪਣੀ ਜਾਨ ਕੀ ਪਰਵਾਹ ਨਾ ਕਰਦੇ ਹੋਏ ਆਪਣੀ ਜਾਨ ਕੋ ਬਚਾਇਆ ਔਰ ਉਸਨੇ ਆਪਣੇ ਰੱਬ ਦਾ ਨਾਮ ਲਿਆ। ਤੋ ਆਪਾਂ ਨੂੰ ਕਰਨਾਟਕ ਸਰਕਾਰ ਨੂੰ ਔਰ ਸਾਰੇ ਭਾਰਤ ਦੇ ਸਾਰੇ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦੇ ਕਿ ਕੁੜੀਆਂ ਨੂੰ ਇੱਜ਼ਤ ਦਿਓ, ਚਾਹੇ ਹਿੰਦੂ ਕੀ ਹੈ, ਚਾਹੇ ਮੁਸਲਮਾਨ ਕੀ ਹੈ, ਚਾਹੇ ਸਿੱਖ ਹੀ ਹੈ, ਸਾਰੀ ਆਪਣੀ ਬੇਟੀਆਂ ਔਰ ਸਾਰੀ ਆਪਣੀ ਭੈਣਾਂ ਹੈ, ਔਰ ਕੁੜੀ ਨੂੰ ਇੱਜ਼ਤ ਦੇਂਗੇ ਤੋ ਆਪਣਾ ਹਿੰਦੁਸਤਾਨ ਔਰ ਸਾਰੀ ਦੁਨੀਆ ਮੈਂ ਅਮਨ ਸ਼ਾਂਤੀ ਰਹੇਗੀ, ਕਿਉਂਕਿ ਕੁੜੀ ਤਾਂ ਇਹੀ ਮਾਂ ਬਣਦੀ ਹੈ। ਆਪਾਂ ਜਿੰਨੇ ਵੀ ਇਹ ਖੜ੍ਹੇ ਸਾਰੇ, ਆਪਾਂ ਮਾਂ ਕੇ ਸਭ ਔਲਾਦ ਹੈ। ਇਸ ਕਰਕੇ ਆਪਾਂ ਕੁੜੀਆਂ ਨੂੰ ਨਹੀਂ ਹੱਕ ਦੇ ਸਕਦੇ, ਉਹਨਾਂ ਨੂੰ ਇੱਜ਼ਤ ਨਹੀਂ ਦੇ ਸਕਦੇ। ਔਰ ਆਪਾਂ ਤਾਂ ਇਹ ਕਹਿੰਦੇ ਹਾਂ, ਇਸਲਾਮ ਇਹ ਕਹਿੰਦਾ ਹੈ ਕਿ ਸਿੱਖ ਧਰਮ ਦੇ ਵਿੱਚ ਇਹ ਕਹਿੰਦਾ ਹੈ ਕਿ ਕਿਸੇ ਧੀ ਦੇ ਸਿਰ 'ਤੇ ਦੁਪੱਟਾ ਰੱਖਣਾ ਚਾਹੀਦਾ। ਆਹ ਕਿਹੜੀ ਸਰਕਾਰ ਆ ਜਿਹੜੀ ਸਰਾਂ 'ਤੇ ਦੁਪੱਟੇ ਲਾ ਰਹੀ ਆ ਔਰ ਉਹਨੂੰ ਇੱਕ ਡਰਾਮਾ ਬਣਾਇਆ ਹੋਇਆ ਸਿਆਸੀ? ਆਪਾਂ ਇਹ ਕਹਿੰਦੇ ਕਿ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਔਰ ਕੁੜੀਆਂ ਨੂੰ ਕਿਸੇ ਦੀ ਵੀ ਹੋ ਉਹਨਾਂ ਨੂੰ ਇੱਜ਼ਤ ਮਿਲਣੀ ਚਾਹੀਦੀ ਪੂਰੇ ਸਮਾਜ ਦੇ ਵਿੱਚ। ਕੀ ਨਾਮ ਹੈ ਭਾਈ ਸਾਹਿਬ ਤੁਹਾਡਾ? ਮੇਰਾ ਨਾਮ ਮੁਹੰਮਦ ਯਾਸ਼ੀਨ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਕਿ ਜੋ ਇਹ ਕੰਮ ਹੋਇਆ ਜੀ, ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਿਆ ਜੀ, ਅਤੇ ਦੂਜੇ ਨੰਬਰ ਇਹ ਕਹਿਣਾ ਚਾਹੁੰਦਾ ਕਿ ਹਿੰਦੂ ਧਰਮ ਨੂੰ ਵੀ ਇੱਕ ਬਦਨਾਮ ਕਰ ਰਿਹਾ, ਕਿਉਂਕਿ ਜਦੋਂ ਇੱਕ ਇਕੱਲੀ ਕੁੜੀ ਨੂੰ, ਕਿਹੜੇ ਹਿੰਦੂ ਧਰਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਵੀ ਇੱਕ ਇਕੱਲੀ ਕੁੜੀ ਨੂੰ ਘੇਰ ਕੇ 50 ਮੁੰਡੇ ਘੇਰ ਕੇ ਅਤੇ ਸ਼੍ਰੀ ਰਾਮ ਦਾ ਨਾਰਾ ਲਾਉਂਦੇ? ਇਹ ਸ਼੍ਰੀ ਰਾਮ ਨੂੰ ਵੀ ਬਦਨਾਮ ਕਰ ਰਹੇ ਹੈ ਅਤੇ ਇਨਸਾਨੀ ਨੂੰ ਵੀ ਬਦਨਾਮ ਕਰ ਰਹੇ ਹੈ, ਹਰ ਧਰਮ ਨੂੰ ਬਦਨਾਮ ਕਰ ਰਹੇ ਹੈ ਜੀ ਇਹ, ਕਿਉਂਕਿ ਕਿਸੇ ਵੀ ਧਰਮ ਦੇ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਤੁਸੀਂ ਕਿਸੇ ਕੁੜੀ ਦੀ ਬੇਇੱਜ਼ਤੀ ਕਰੋ। ਇਸ ਕਰਕੇ ਇਹਨਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਕਿ ਧਰਮਾਂ ਨੂੰ ਹਰ ਇੱਕ ਧਰਮ ਨੂੰ ਬਦਨਾਮ ਕਰ ਰਹੇ ਹੈ, ਕਿਉਂਕਿ ਸ਼ਰਾਰਤੀ ਅੰਸਰ ਹਰ ਧਰਮ ਦੇ ਵਿੱਚ ਹੁੰਦੇ ਹੈ ਜਿਨ੍ਹਾਂ ਨਾਲ ਪੂਰਾ ਧਰਮ ਬਦਨਾਮ ਹੁੰਦਾ ਜੀ। ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਸਾਡਾ ਭਾਈਚਾਰਾ, ਸਿੱਖ ਭਾਈਚਾਰਾ, ਕੋਈ ਵੀ ਭਾਈਚਾਰਾ, ਸਭ ਨੂੰ ਇਕੱਠੇ ਰਹਿਣ ਦਾ ਹੁਕਮ, ਜਿਸ ਤਰ੍ਹਾਂ ਰਹਿੰਦੇ ਹਾਂ ਉਸੇ ਤਰ੍ਹਾਂ ਰਹਿਣਾ ਚਾਹੀਦਾ। ਇਹ ਵਿਰਤਵਾ ਨਹੀਂ ਪਾਉਣਾ ਚਾਹੀਦਾ ਸਾਡੇ ਵਿੱਚ। ਜੇ ਤੁਹਾਡੀ ਮੰਗਾਂ ਨਾ ਮੰਨੀ ਗਈ ਸਰਕਾਰ ਵੱਲੋਂ, ਫਿਰ ਅੱਗੇ ਕੀ ਕਰੋਗੇ ਤੁਸੀਂ? ਮੰਗਾਂ ਨਾ ਮੰਗੀ ਗਈ, ਅਸੀਂ ਪ੍ਰੋਟੈਕਟ ਕਰ ਰਹੇ ਹਾਂ ਇਹਨੂੰ, ਅੱਗੇ ਤੱਕ ਲੈ ਕੇ ਜਾਵਾਂਗੇ, ਜਿੱਥੇ ਤੱਕ ਹੋਊਗਾ ਅਸੀਂ ਬੈਠਾਂਗੇ। ਇਹ ਪਹਿਲਾਂ ਵੀ ਸਰਕਾਰਾਂ ਨੇ ਕਿਹਾ ਤਾਂ ਕਿ ਅਸੀਂ ਮੰਗਾਂ ਨਹੀਂ ਮੰਨਦੇ ਹਾਂ, ਤੁਹਾਨੂੰ ਪਤਾ ਹੀ ਹੈ, ਫਿਰ ਦਿੱਲੀ ਜਾ ਕੇ ਧਰਨਿਆਂ 'ਤੇ ਬੈਠੇ, ਸਭ ਕੁਛ ਮੰਨ ਲਿਆ। ਇਸ ਕਰਕੇ ਸਾਨੂੰ ਉੱਥੇ ਤੱਕ ਜਾਣ ਦੀ ਨੌਬਤ ਨਾ ਪਈ ਜਾਵੇ, ਅਤੇ ਅਸੀਂ ਇਹੀ ਗੁਰਦਾਸ ਕਰਦੇ ਹਾਂ। ਇਹ ਸਨ ਸਾਡੇ ਨਾਲ ਮੁਸਲਿਮ ਭਾਈਚਾਰੇ ਦੇ ਲੋਕ ਜਿਨ੍ਹਾਂ ਨੇ ਬੁਰਕਾ ਬੈਨ ਕੀਤੇ ਜਾਣ ਦਾ ਵਿਰੋਧ ਕੀਤਾ। ਕੈਮਰਾਮੈਨ ਮਨਦੀਪ ਦੇ ਨਾਲ ਰਣਜੀਤ ਸਿੰਘ ਰਾਣਾ ਦੀ ਰਿਪੋਰਟ, ਪੁਆਇੰਟ ਨਿਊਜ਼, ਬਨੂੜ। ਹੋਰ ਖਬਰਾਂ ਵੇਖਣ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ।